ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਰਾਜਦੀਪ ਸਿੰਘ ਬਾਈ ਪ੍ਰਗਟ ਸਿੰਘ ਬਾਈ ਦਿਲਬਾਗ ਸਿੰਘ ਗੋਰਾ ਸਿੰਘ ਮੇਰੇ ਨਾਲ ਆਇਆ ਜਿਹੜਾ ਅਸੀਂ ਉੱਥੋਂ ਘੱਲ ਬਲਾਕ ਚੋਂ ਪਿੰਡ ਵਾਲਾ ਭਾਈ ਚੋਂ ਆਏ ਹਾਂ ਜੋ ਕਿ ਪਿੰਡ ਦੇ ਸੰਯੋਗ ਨਾਲ ਲਾਸ਼ ਲੱਭਦੇ ਫਿਰਦੇ ਸੀ ਉਹ ਲਾਸ਼ ਮਿਲ ਗਈ ਹੈ ਜੀ ਅਮਰੂਦਾਂ ਦੇ ਵਿੱਚ ਅੜੀ ਪਈ ਸੀਗੀ ਉਹ ਲਾਸ਼ ਪਿੰਡ ਦੇ ਮੈਂਬਰਾਂ ਨੇ ਕੁਛ ਪਤਵੰਤੇ ਸੱਜਣਾਂ ਨੇ ਜਾ ਕੇ ਅਤੇ ਲਾਸ਼ ਉੱਥੋਂ ਕੱਢ ਲਈ ਹੈ ਅਸੀਂ ਉੱਧਰ ਫੇਰਾ ਮਾਰ ਕੇ ਆਏ ਹਾਂ 15 ਕਿਲੋਮੀਟਰ ਤੋਂ ਘੁੰਮ ਕੇ ਆਏ ਹਾਂ ਕੋਈ ਸ਼ੱਕ ਪੈ ਗਿਆ ਸੀਗਾ ਵੈਸੇ ਉਹ ਗੱਲ ਸ਼ੱਕ ਮਤਲਬ ਵੀ ਉਹ ਭੁਲੇਖਾ ਲੱਗ ਗਿਆ ਕਿਸੇ ਨੂੰ ਭੁਲੇਖੇ ਨਾਲ ਗੱਲ ਕਰਤੀ ਤਾਂ ਕਰਕੇ ਹੁਣ ਅਸੀਂ ਦੁਬਾਰਾ ਫਿਰ ਤੇਲ ਪਾਉਣ ਆਉਣਾ ਸੀ ਤੇਲ ਪਾ ਕੇ ਜੀ ਫਿਰ ਦੂਰ ਨੂੰ ਜਾਣਾ ਸੀ ਰਾਜਵੀਰ ਸਿੰਘ ਨੇ ਬਹੁਤ ਹਿੰਮਤ ਕਰਕੇ ਅੱਡੋ ਅੱਡੀ ਫੋਨ ਵੀ ਲਾ ਦਿੱਤੇ ਸਨੇਹ ਵੀ ਲਾ ਦਿੱਤੇ ਬੰਦੇ ਵੀ ਬਿਠਾ ਦਿੱਤੇ ਇਹਨਾਂ ਨੇ ਕਿ ਭਾਈ ਬੰਦੇ ਬਿਠਾਏ ਜਾਣ ਉਹ ਸਾਰਾ ਪ੍ਰਬੰਧ ਕਰ ਲਿਆ ਸੀ ਇਹਨਾਂ ਨੇ ਪਰ ਹੁਣ ਲਾਸ਼ ਮਿਲ ਗਈ ਆ ਹੁਣ ਅਸੀਂ ਕੇਰਾਂ ਅੱਡੇ 'ਤੇ ਆ ਗਏ ਹਾਂ ਉਹ ਵੇਖ ਕੇ ਉਸ ਤੋਂ ਬਾਅਦ 'ਚ ਅਸੀਂ ਹੁਣ ਪਾਣੀ ਦੀ ਸੇਵਾ ਕਰਨੀ ਹੈ ਜਿਹੜੇ 5-6 ਜਾਣੇ ਅਸੀਂ ਇਸ ਟਾਈਮ ਕਿਸ਼ਤੀ ਦੇ ਵਿੱਚ ਹੁਣ ਪਾਣੀ ਦੀ ਸੇਵਾ ਕਰਾਂਗੇ ਅੱਡੋ ਅੱਡੀ ਜਾਵਾਂਗੇ ਕੋਠੀਆਂ ਦੇ ਵਿੱਚ ਜੋ ਵੀ ਕਿਸੇ ਦੀਆਂ ਹਵੇਲੀ ਹੈ ਕਿਸੇ ਦਾ ਮਤਲਬ ਹੈਗਾ ਡੇਰਾ ਸਾਰਿਆਂ ਦੇ ਜਾ ਕੇ ਆਵਾਂਗੇ ਕਿਰਾਂ ਸਭ ਤੋਂ ਪੁੱਛ ਕੇ ਆਵਾਂਗੇ ਜਿੱਥੋਂ ਤੱਕ ਰੇ ਪਿੰਡ ਦਾ ਏਰੀਆ ਹੋਰ ਵੀ ਕਿਸੇ ਨੂੰ ਕੋਈ ਚੀਜ਼ ਚਾਹੀਦੀ ਹੋਵੇ ਰਾਜਵੀਰ ਨਾਲ ਸੰਪਰਕ ਕਰ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ